SBI ਦੀ ਨਾਦੌਨ ਬ੍ਰਾਂਚ ਦੇ ਕਾਊਂਟਰ ਤੋਂ 15 ਸਾਲ ਦੇ ਦੋ ਮੁੰਡੇ ਚੰਦ ਮਿੰਟਾਂ ਵਿੱਚ ਹੀ 32 ਲੱਖ ਰੁਪਏ ਨਾਲ ਭਰੇ ਬੈਗ ਨੂੰ ਉਡਾ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਦੋਸ਼ੀ ਮੁੰਡਿਆਂ ਦੇ ਨਾਲ ਬੈਂਕ ਦੇ ਵਿੱਚ ਇੱਕ ਹੋਰ ਮੁੰਡਾ ਵੀ ਮੌਜੂਦ ਸੀ। ਜਿਸ ਵੇਲੇ ਇਹ ਘਟਨਾ ਘਟੀ ਉਸ ਵੇਲੇ ਬੈਂਕ 'ਚ ਤੈਨਾਤ ਗਾਰਡ ਵੀ ਡਿਊਟੀ 'ਤੇ ਨਹੀਂ ਸੀ। ਇਸ ਮਾਮਲੇ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮੁੰਡਿਆਂ ਦੀ CCTV ਫੁਟੇਜ ਦੀ ਮਦਦ ਨਾਲ ਛਾਨਬੀਨ ਸ਼ੁਰੂ ਕਰ ਦਿੱਤੀ ਹੈ।